ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਜੀ ਪੰਜਾਬ ਦੇ ਰਾਖਵਾਕਰਨ ਕਾਨੂੰਨ ਨੂੰ ਪੰਜ ਜੱਜਾਂ ਦੀ ਬੈਂਚ ਨੇ ਦੱਸਿਆ ਜਾਇਜ਼ ਹੁਣ ਇਹ ਮੁੱਦਾ ਵੱਡੀ ਬੈਂਚ ਨੂੰ ਭੇਜਿਆ ਜਾਵੇਗਾ ਰਾਜ ਦੇ ਵਿੱਚ ਐਸਸੀ ਐਸਟੀ ਦੇ ਵਿੱਚ ਉਪ ਸ਼੍ਰੇਣੀਆਂ ਬਣਾ ਕੇ ਰਿਜ਼ਰਵੇਸ਼ਨ ਵੰਡ ਸਕਦਾ ਹੈ ਹੁਣ ਇਹ ਸਵਾਲ ਸੁਪਰੀਮ ਕੋਰਟ ਦੇ 7 ਜੱਜਾਂ ਦੇ ਬੈਂਚ ਦੁਆਰਾ ਸੁਣਿਆ ਜਾਵੇਗਾ ਪੰਜਾਬ ਦੇ ਵਿੱਚ 5 ਜੱਜਾਂ ਦੇ ਬੈਂਚ ਨੇ ਪੰਜਾਬ ਕਾਨੂੰਨ ਨੂੰ ਜਾਇਜ਼ ਦੱਸਿਆ ਹੈ ਪੰਜਾਬ ਨੇ ਐਸਸੀ ਐਸਟੀ ਦਾ ਅੱਧਾ ਰਾਖਵਾਕਰਨ ਦੋ ਜਾਤਾਂ ਨੂੰ ਦੇਣ ਦੇ ਲਈ ਇੱਕ ਕਾਨੂੰਨ ਬਣਾਇਆ ਸੀ 2005 ਵਿੱਚ 5 ਜੱਜਾਂ ਦੀ ਹੀ ਬੈਂਚ ਕਹਿ ਚੁੱਕੀ ਹੈ ਕਿ ਸੂਬੇ ਨੂੰ ਇਸ ਦਾ ਹੱਕ ਨਹੀਂ ਹੈ ਪਿਛਲਾ ਫੈਸਲਾ 5 ਨਵੰਬਰ 2004 ਦਾ ਸੀ ਜਸਟਿਸ ਸੰਤੋਸ਼ ਦੇ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਬੈਂਚ ਨੇ ਕਿਹਾ ਸੀ ਕਿ ਰਾਜ ਐਸਸੀ ਐਸਟੀ ਰਿਜ਼ਰਵੇਸ਼ਨ ਵਿੱਚ ਉਪ ਸ਼੍ਰੇਣੀਆਂ ਨਹੀਂ ਬਣਾ ਸਕਦੇ ਅੱਜ ਜਸਟਿਸ ਅਰਨ ਮਿਸ਼ਰਾ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਬੈਂਚ ਨੇ ਇਸ ਦੇ ਉਲਟ ਫੈਸਲਾ ਦੇ ਦਿੱਤਾ ਹੈ ਹੁਣ ਇਹ ਮੁੱਦਾ ਵੱਡੇ ਬੈਂਚ ਕੋਲ ਜਾਵੇਗਾ ਹਲਵਾਈਆਂ ਨੇ ਸ਼ਨੀਚਰਵਾਰ ਤੇ ਐਤਵਾਰ ਨੂੰ ਦੁਕਾਨਾਂ ਖੋਲਣ ਦੀ ਮੰਗੀ ਇਜਾਜ਼ਤ ਹਲਵਾਈ ਯੂਨੀਅਨ ਤੁਰੀ ਦੇ ਵੱਲੋਂ ਐਸ ਡੀ ਐਮ ਤੁਰੀ ਲਤੀਫ احمد ਨੂੰ ਦਿੱਤੇ ਗਏ ਮੰਗ ਪੱਤਰ ਦੇ ਰਾਹੀਂ ਵਾਇਰਸ ਦੇ ਕਾਰਨ ਸ਼ਨੀਚਰਵਾਰ ਅਤੇ ਐਤਵਾਰ ਨੂੰ ਹਲਵਾਈ ਦੀਆਂ ਦੁਕਾਨਾਂ ਖੁੱਲਣ ਦੀ ਇਜਾਜ਼ਤ ਮੰਗੀ ਹੈ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਦੁਕਾਨਾਂ ਖੁੱਦੀਆਂ ਜਾਂਦੀਆਂ ਹਨ ਅਤੇ ਭਵਿੱਖ ਦੇ ਵਿੱਚ ਉਹਨਾਂ ਵੱਲੋਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਰੋਨਾ ਮਹਾਮਾਰੀ ਦੀ ਮਾਰ ਦੇ ਨਾਲ ਹਲਵਾਈਆਂ ਦਾ ਕਾਰੋਬਾਰ ਮੰਦੀ ਦਾ ਸ਼ਿਕਾਰ ਹੋ ਗਿਆ ਉੱਥੇ ਗਰਮੀ ਦੇ ਮੌਸਮ ਕਾਰਨ ਤਿਆਰ ਕੀਤੀਆਂ ਮਠਿਆਈਆਂ ਸ਼ਨੀਚਰਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ਰਹਿਣ ਕਰਕੇ ਦੂਰੀ ਮਾਰ ਚੱਲਣ ਨੂੰ ਮਜਬੂਰ ਹੋ ਸਕ ਰਹੇ ਹਨ ਪੰਜਾਬ ਚ ਪੋਸਟ ਸਕਾਲਰਸ਼ਿਪ ਯੋਜਨਾ ਦੇ ਵਿੱਚ ਸਾਹਮਣੇ ਆਇਆ ਘਪਲਾ ਮੰਤਰੀ ਤੇ ਅਧਿਕਾਰੀਆਂ ਤੇ ਲੱਗੇ ਦੋਸ਼ ਕੇਂਦਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਦੇ ਵਿੱਚ ਪੰਜਾਬ ਚ 63.91 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਜਿਸ ਤੇ ਸਿੱਧੇ ਤੌਰ ਤੇ ਦੋਸ਼ ਸਮਾਜਿਕ ਨਿਆਂ ਸ਼ਕਤੀਕਰਨ ਤੇ ਘੱਟ ਗਿਣਤਰੀ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਕਤ ਵਿਭਾਗ ਦੇ ਅਧਿਕਾਰੀਆਂ ਤੇ ਲੱਗੇ ਹਨ ਘਪਲੇ ਦੇ ਸਬੰਧ ਵਿੱਚ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਕਿਰਪਾ ਸ਼ੰਕਰ ਸਰੋਜ ਨੇ ਆਪਣੀ ਜਾਂਚ ਰਿਪੋਰਟ ਵਿੱਚ ਜਿਹੜੀ ਕਿ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਭੇਜੀ ਆ ਉਸ ਵਿੱਚ ਮੰਤਰੀ ਧਰਮਸੋਤ ਅਤੇ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਕੀਤੀਆਂ ਗਈਆਂ ਆਰ ਨਿਜਮ ਤਾਵਾਂ ਦਾ ਜ਼ਿਕਰ ਕਰਦੇ ਹੋਏ ਇਸ ਮਾਮਲੇ ਵਿੱਚ ਛੇਤੀ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਇਹ ਮਾਮਲਾ 31 ਮਈ 2018 ਦੀ ਕੈਬਨਟ ਦੇ ਬੈਂਸਲੇ ਵਿੱਚ ਵੀ ਅੰਗੋਲਿਆ ਕੀਤੇ ਗਏ ਸਨ ਅਜਿਹੇ ਮਾਮਲੇ ਗਵਾਂਢੀ ਸੂਬੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵੀ ਸਾਹਮਣੇ ਆਉਣ ਤੇ ਉੱਥੇ ਅਪਰਾਧਿਕ ਮਾਮਲੇ ਵੀ ਦਰਜ ਹੋ ਚੁੱਕੇ ਹਨ ਰਿਪੋਰਟ ਵਿੱਚ ਵਿਭਾਗ ਦੇ ਪ੍ਰਮੁੱਖ ਅਤੇ ਸੀਨੀਅਰ ਅਧਿਕਾਰੀ ਉੱਚ ਅਧਿਕਾਰੀਆਂ ਨੂੰ ਫਰਜੀ ਸੂਚਨਾਵਾਂ ਦੇਣ ਦੀ ਗੱਲ ਕਹੀ ਹੈ ਤੇ ਇਹਨਾਂ ਨੂੰ ਫਰਜੀ ਸੂਚਨਾਵਾਂ ਦੇ ਅਧਿਕਾਰ ਤੇ ਸਕਾਲਰਸ਼ਿਪ ਰਾਸ਼ੀ ਹਾਸਲ ਕਰਨ ਲਈ ਮੁੱਖ ਮੰਤਰੀ ਦਫ਼ਤਰ ਪਾਸੋਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਲਿਖੇ ਗਏ ਹਨ ਰਿਪੋਰਟ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਵਿਭਾਗ ਕੋਲੋਂ ਸਕਾਲਰਸ਼ਿਪ ਦੇ ਲਈ ਵੰਡੀ ਗਈ 39 ਕਰੋੜ ਰੁਪਏ ਦੀ ਰਕਮ ਦਾ ਕੋਈ ਰਿਕਾਰਡ ਨਹੀਂ ਇਸ ਨਾਲ ਸਾਫ਼ ਹੁੰਦਾ ਕਿ ਇਹ ਰਕਮ ਅਦੇਹੀਆਂ ਸੰਸਥਾਵਾਂ ਨੂੰ ਦੇ ਦਿੱਤੀ ਗਈ ਹੈ ਜਿਨ੍ਹਾਂ ਦੀ ਕੋਈ ਹੋਂਦ ਨਹੀਂ ਉੱਥੇ ਹੀ ਮੁਕਤ ਸਰ ਦੀ ਇੱਕ ਅਦੇਹੀ ਸਿੱਖਿਆ ਸੰਸਥਾ ਨੂੰ ਵੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨੂੰ ਕੋਈ ਗ੍ਰਾਂਟ ਜਾਰੀ ਨਹੀਂ ਹੋਣ ਲਈ ਕੋਰਟ ਨੇ ਰੋਕ ਲਾਈ ਹੋਈ ਸੀ ਰਿਪੋਰਟ ਦੇ ਮੁਤਾਬਕ ਕੇਂਦਰ ਸਰਕਾਰ ਵੱਲੋਂ 303 ਕਰੋੜ ਰੁਪਏ ਦਾ ਫੰਡ ਆਇਆ ਸੀ ਤੇ ਸਿੱਖਿਆ ਸੰਸਥਾਵਾਂ ਨੂੰ ਇਹ ਰਾਸ਼ੀ ਜਾਰੀ ਕਰਨ ਵਿੱਚ ਕਾਲਮੇਲ ਕੀਤਾ ਗਿਆ ਹੈ ਤੇ ਇਹ ਸਿਰਫ ਸਬ ਪੇਲਟ ਫਾਈਲ ਵਿੱਚ ਵਰਤੋਂ ਕੀਤੀ ਗਈ ਹੈ ਸਗੋਂ ਇਸ ਦੇ ਲਈ ਪਿੰਕ ਐਂਡ ਚੂਜ਼ ਦੀ ਨੀਤੀ ਅਪਣਾਈ ਗਈ ਹੈ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਨਿੱਜੀ ਸਿੱਖਿਆ ਸੰਸਥਾਵਾਂ ਨੂੰ ਹੀ ਰਾਸ਼ੀ ਜਾਰੀ ਕੀਤੀ ਗਈ ਹੈ ਉੱਥੇ ਹਰ ਸੰਸਥਾ ਨੂੰ ਫੰਡ ਜਾਰੀ ਕਰਨ ਲਈ ਨਵੀਂ ਫਾਈਲ ਬਣਾਈ ਗਈ ਦੋ ਫਾਈਲਾਂ ਦੇ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਤੇ ਪ੍ਰਿੰਸੀਪਲ ਸੈਕਟਰੀ ਦੀ ਨੋਟਿੰਗ ਹਟਾ ਦਿੱਤੀ ਗਈ ਹੈ ਪੰਜਾਬ ਚ ਸਤੰਬਰ ਮਹੀਨੇ ਚੋਂ ਵੀ ਨਹੀਂ ਖੁੱਲ ਸਕਣਗੇ ਸਕੂਲ ਅਤੇ ਕਾਲਜ कोरोना महामारी ਦੇ ਚੱਲਦਿਆਂ ਪੰਜਾਬ ਵਿੱਚ ਸਕੂਲ ਅਤੇ ਕਾਲਜ ਖੁੱਲਣੇ ਅਗਲੇ ਮਹੀਨੇ ਵੀ ਨਹੀਂ ਖੁੱਲਣਗੇ ਸਿੱਖਿਆ ਮੰਤਰੀ ਵੀਜੇ ਇੰਦਰ ਸਿੰਘਲਾ ਨੇ ਸਤੰਬਰ ਮਹੀਨੇ ਚ ਕੋਵਿਡ-19 ਦੇ ਸਿਖਰ ਤੇ ਜਾਣ ਦੇ ਖਦਸ਼ਾ ਪ੍ਰਗਟਾਇਆ ਹੈ ਅੱਗੇ ਵਧਣ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਜੇਕਰ ਤੁਸੀਂ ਸਕੂਲ ਖੋਲਣ ਦੇ ਨਾਲ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ ਚ ਲਿਖੋ ਯੈਸ ਨਹੀਂ ਤਾਂ ਲਿਖ ਸਕਦੇ ਹੋ ਨੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਆਪਾਂ 2500 ਦਾ ਲਾਈਕ ਇਵੇਂ ਇਸ ਵੀਡੀਓ ਤੇ ਰੱਖਦੇ ਹਾਂ ਜਲਦੀ ਜਲਦੀ ਲਾਈਕ ਕਰ ਦੋ ਸਰੋਤੇ ਵੀਰੋ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ 31 ਅਗਸਤ ਤੱਕ ਸਕੂਲ ਬੰਦ ਕੀਤੇ ਸਨ ਸਿੱਖਿਆ ਮੰਤਰੀ ਨੇ ਸਤੰਬਰ ਮਹੀਨੇ ਦੌਰਾਨ ਪ੍ਰੀਖਿਆਵਾਂ ਲੈਣ ਦੇ ਕੇਂਦਰ ਦੇ ਫੈਸਲੇ ਤੇ ਵਿਰੋਧ ਪ੍ਰਗਟਾਇਆ ਜਿਸ ਤੋਂ ਸਾਫ ਹੈ ਕਿ ਸਕੂਲ ਅਜੇ ਬੰਦ ਰਹਿਣਗੇ ਉਹਨਾਂ ਨੇ ਕਿਹਾ ਅਸੀਂ ਕਿਸੇ ਵੀ ਕੀਮਤ ਤੇ ਬੱਚਿਆਂ ਦੀ ਜਾਨ ਨਾਲ ਸਮਝੌਤਾ ਨਹੀਂ ਕਰਦੇ ਇਸ ਲਈ ਕਾਂਗਰਸ ਪਾਰਟੀ ਇਨ੍ਹਾਂ ਪ੍ਰੀਖਿਆਵਾਂ ਦਾ ਵਿਰੋਧ ਕਰਨ ਵਾਲੇ ਵਧਿਆਰਥੀ ਤੇ ਉਹਨਾਂ ਦੇ ਮਾਪਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਘਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜਾਣ ਦੇ ਖਦਸ਼ਿਆਂ ਨੂੰ ਦਰਕਿਨਾਰ ਕਰਕੇ ਬੱਚਿਆਂ ਦੀਆਂ ਪ੍ਰੀਖਿਆਵਾਂ ਥੋਪ ਰਹੀ ਆ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਵੱਲੋਂ ਐਡਵੋਕੇਟ ਜਨਰਲ ਨੂੰ ਹਦਾਇਤ ਕੀਤੀ ਗਈ ਆ ਕਿ ਉਹ ਵਿਰੋਧੀ ਪਾਰਟੀਆਂ ਦੀ ਹਕੂਮਤ ਵਾਲੇ ਹੋਰਨਾ ਸੂਬਿਆਂ ਦੇ ਆਪਣੇ ਹਮ ਰੁਤਬਾ ਅਧਿਕਾਰੀਆਂ ਨਾਲ ਗੱਲ ਕਰਕੇ ਸੁਪਰੀਮ ਕੋਰਟ ਦੇ ਵਿੱਚ ਸਮੂਹਕ ਸਮੀਖਿਆ ਪਟੀਸ਼ਨ ਦਾਇਰ ਕਰਕੇ ਪੇਪਰਾਂ ਨੂੰ ਅੱਗੇ ਪਾਉਣ ਦੀ ਗੁਜਾਰਸ਼ ਕਰੇ। ਉਹਨਾਂ ਨੇ ਕਿਹਾ ਕੇਂਦਰ ਸਰਕਾਰ ਨੂੰ ਲੋਕਾਂ ਤੇ ਵਿਦਿਆਰਥੀਆਂ ਦੇ ਵਿਰੋਧ ਤੋਂ ਸਬਕ ਲੈਣਾ ਚਾਹੀਦਾ ਤੇ ਹਾਲਾਤ ਆਮ ਹੋਣ ਤੱਕ ਪ੍ਰੀਖਿਆਵਾਂ ਦੀ ਤਾਰੀਖ ਅੱਗੇ ਪਾ ਦੇਣੀ ਚਾਹੀਦੀ ਹੈ ਜਾਂ ਫਿਰ ਆਨਲਾਈਨ ਢੰਗ ਦੇ ਨਾਲ ਹੀ ਪੇਪਰ ਕਰਵਾਏ ਜਾਣ ਉਹਨਾਂ ਨੇ ਕਿਹਾ ਜੀ ਪੇਪਰਾਂ ਕਾਰਨ ਬੱਚਿਆਂ ਦੀ ਜਾਨ ਨੂੰ ਖਤਰਾ ਹੈ ਇਸ ਦੇ ਲਈ ਇਸ ਗੱਲ ਤੋਂ ਮਨਕਰ ਨਹੀਂ ਹੋਇਆ ਜਾ ਸਕਦਾ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਜੀ ਭਾਰਤ ਨੂੰ ਮਿਲੀ ਪਹਿਲੀ ਕਰੋਨਾ ਟੈਸਟ ਕਿਟ ICMR ਵੱਲੋਂ ਮਨਜ਼ੂਰੀ 20 ਮਿੰਟਾਂ ਦੇ ਵਿੱਚ ਮਿਲਣਗੇ ਨਤੀਜੇ ਵੱਡੀ ਖਬਰ ਆ ਰਹੀ ਹੈ ਜੀ ਦਿੱਲੀ ਦੀ ਫਾਰਮਾ ਕੰਪਨੀ ਨੇ ਭਾਰਤ ਦੀ ਪਹਿਲੀ ਰੈਪਿਡ ਟੈਸਟ ਕਿਟ ਤਿਆਰ ਕੀਤੀ ਆ ਇਹ ਦਾਵਾ ਕੀਤਾ ਜਾਂਦਾ ਕਿ ਇਸ ਕਿਟ ਦੇ ذریعے ਨਤੀਜੇ ਸਿਰਫ 20 ਮਿੰਟਾਂ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਣਗੇ ਕਿਟ ਨੂੰ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੇ ਮਨਜ਼ੂਰੀ ਦੇ ਦਿੱਤੀ ਆ ਕਿਟ ਦੀ ਕੀਮਤ ਕਰੀਬ 200 ਰੁਪਏ ਦੱਸੀ ਜਾ ਰਹੀ ਆ ਦੱਸ ਦਈਏ ਭਾਰਤ ਦੇ ਵਿੱਚ ਪਹਿਲੀ ਅਧਿਕਾਰਤ ਪੁਆਇੰਟ ਆਫ ਕੇਅਰ ਰੈਪਿਡ ਟੈਸਟ ਕਿਟ ਆਕਸਰ ਮੈਡੀਕੇਅਰ ਨੇ ਤਿਆਰ ਕੀਤੀ ਸੀ ਤੇ ਇਹ ਕੰਪਨੀ ਆਪਣੀ ਲੈਬ ਦੇ ਵਿੱਚ ਐਚ ਆਈ ਵੀ ਏਡਸ ਮਲੇਰੀਆ ਡੇਂਗੂ ਲਈ ਗਰਭ ਅਵਸਥਾ ਕਿੱਟਾਂ ਤਿਆਰ ਕਰਦੀ ਆ ਤੇ ਪੀ او ਸੀ ਡਾਇਗਨੋਸਟਿਕ ਕਿੱਟਾਂ ਵੀ ਤਿਆਰ ਕਰਦੀ ਆ ਸਤੰਬਰ ਦੇ ਵਿੱਚ ਜਿਹੜੀ ਇਹ ਕਿੱਟਾਂ ਦੀ ਉਹ ਮਾਰਕੀਟ ਦੇ ਵਿੱਚ ਉਪਲਬਧ ਹੋ ਜਾਵੇਗੀ 200 ਰੁਪਏ ਦੀ ਕਿੱਟ ਆਵੇਗੀ ਤੇ 20 ਮਿੰਟਾਂ ਦੇ ਵਿੱਚ ਤੁਹਾਨੂੰ ਇਹ ਦੱਸ ਦਵੇਗੀ ਕਰੋਨਾ ਟੈਸਟ ਲਈ ਖੂਨ ਦਾ ਨਮੂਨਾ ਉਂਗਲੀ ਤੋਂ ਲਿਆ ਜਾਵੇਗਾ ਸਤੰਬਰ ਤੱਕ ਜਿਹੜੀਆਂ 2 ਲੱਖ ਕਿੱਟਾਂ ਜਿਹੜੀਆਂ ਲਾਂਚ ਕਰਨ ਦੀ ਯੋਜਨਾ ਤੇ 20 ਮਿੰਟਾਂ 'ਚ ਤੁਹਾਡਾ ਪੋਜ਼ਿਟਿਵ ਜਾਂ ਨੈਗੇਟਿਵ ਰਿਜ਼ਲਟ ਆ ਜਾਵੇਗਾ ਅੱਖਾਂ ਦੇ ਫੂਰ ਨਾਲ ਕਰਦੇ ਸੀ ਖਾਤਾ ਖਾਲੀ ਨੌਕਰੀ ਦਾ ਫਾਰਮ ਪਰਨ ਬਹਾਨੇ ਕਢਵਾਉਂਦੇ ਸੀ ਡਿਟੇਲ ਗਰਦਾਸਪੁਰ ਪੁਲਿਸ ਤੋਂ ਆਨਲਾਈਨ ਠੱਗੀਆਂ ਕਰਨ ਵਾਲੇ 8 ਮੈਂਬਰੀ ਗਰੋ ਬੇਨਕਾਬ ਕੀਤਾ ਗਿਆ ਜੀ ਗਰੋ ਦੇ ਚਾਰ ਮੈਂਬਰ ਨਵੀਂ ਦਿੱਲੀ ਤੋਂ ਕਾਬੂ ਕੀਤੇ ਗਏ ਹਨ ਗਰਦਾਸਪੁਰ ਪੁਲਿਸ ਨੇ 5 ਲੱਖ ਰੁਪਏ ਦੀ ਸਾਈਬਰ ਠੱਗੀ ਮਾਮਲੇ 'ਚੋਂ ਆਨਲਾਈਨ ਫਰਾਡ ਕਰਨ ਵਾਲੇ 8 ਮੈਂਬਰੀ ਗਰੋ ਦਾ ਪਰਦਾਫਾਸ਼ ਕਰਨ ਦਾ ਦਾਵਾ ਕੀਤਾ ਜੀ ਇਸ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਚਾਰ ਮੈਂਬਰਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਪਰ ਫਿਲਹਾਲ ਇਸ ਗਰੁੱਪ ਦਾ ਮਾਸਟਰਮਾਈਂਡ ਤੇ ਬਾਕੀ ਤਿੰਨ ਹੋਰ ਮੁਲਾਜ਼ਮ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ ਫਿਲਹਾਲ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਮੁਲਾਜ਼ਮਾ ਕੋਲੋਂ ਪੁੱਛਗਿੱਛ ਦਰਾ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਪਿੰਡ ਵਾਸੀਆਂ ਨੇ ਬਿਜਲੀ ਬੋਰਡ ਦੇ ਉੱਚ ਰੈਂਕ ਵਾਲੇ ਤਿੰਨ ਬਿਜਲੀ ਮੁਲਾਜ਼ਮਾਂ ਨੂੰ ਫੜ ਕੇ ਪਿੰਡ ਵਿੱਚ ਘੁਮਾਇਆ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ। ਤਾਪਾ ਮੰਡੀ ਦੇ ਨੇੜਲੇ ਪਿੰਡ ਬੱਲੋ ਕੇ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬਿਜਲੀ ਦੀਆਂ ਕੁੰਡੀਆਂ ਫੜਨ ਆਏ ਪੰਜ ਬਿਜਲੀ ਮੁਲਾਜ਼ਮਾਂ ਨੂੰ ਪਿੰਡ ਵਾਸੀਆਂ ਕਿਸਾਨ ਯੂਨੀਅਨ ਸਮੇਤ ਵੱਡੇ ਪੱਧਰ ਤੇ ਨੌਜਵਾਨਾਂ ਨੇ ਬੰਦਕ ਬਣਾ ਕੇ ਪਿੰਡ ਦੇ ਵਿੱਚ ਘੁਮਾਇਆ ਇਹਨਾਂ ਦੇ ਵਿੱਚ ਬਿਜਲੀ ਮੁਲਾਜ਼ਮਾਂ ਵਿੱਚ ਇੱਕ ਐਸਡੀਓ ਇੱਕ ਜੇਈ ਦੇ ਸਮੇਤ ਤਿੰਨ ਹੋਰ ਬਿਜਲੀ ਮੁਲਾਜ਼ਮ ਸ਼ਾਮਲ ਸਨ ਇਸ ਮੌਕੇ ਪਿੰਡ ਵਾਸੀਆਂ ਤੇ ਕਿਸਾਨ ਆਗੂਆਂ ਤੇ ਪਿੰਡ ਦੀਆਂ ਔਰਤਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 5 ਵਜੇ ਬਿਜਲੀ ਮੁਲਾਜ਼ਮ ਕੁਝ ਘਰਾਂ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋ ਗਏ ਤੇ ਪਿੰਡ ਵਾਸੀਆਂ ਨੇ ਔਰਤਾਂ ਨੇ ਬਿਜਲੀ ਮੁਲਾਜ਼ਮਾਂ ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿੰਡ ਦੇ ਘਰਾਂ ਵਿੱਚ ਬਿਨਾਂ ਦੱਸੇ ਕੰਧਾ ਟੱਪ ਕੇ ਅੰਦਰ ਦਾਖਲ ਹੋਣਾ ਬਹੁਤ ਹੀ ਮੰਦਪਾਗਾ ਕਿਉਂਕਿ ਉਸ ਵੇਲੇ ਕਈ ਔਰਤਾਂ ਤੇ ਬੱਚੇ ਨਾਉਂਦੇ ਹੁੰਦੇ ਹਨ ਜਿਸ ਕਾਰਨ ਬਿਜਲੀ ਮੁਲਾਜ਼ਮਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਵੀ ਕੀਤੀ ਹੈ ਜਦੋਂ ਇਸ ਮੌਕੇ ਬਿਜਲੀ ਬੋਰਡ ਦੇ ਐਸਡੀਓ ਅਤੇ ਜਈ ਦੇ ਸਮੇਤ ਬਿਜਲੀ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਉਹ ਅੱਜ ਪਿੰਡ ਚੂ ਬਿਜਲੀ ਦੀਆਂ ਕੁੰਡੀਆਂ ਫੜਨ ਆਏ ਸਨ ਪਰ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਜਿਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਤੇ ਉਹਨਾਂ ਨੇ ਆਪਣੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਿਸੇ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਨਹੀਂ ਹੋਏ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਹੁਣ ਲੱਗੇਗਾ ਭਾਰੀ ਜੁਰਮਾਨਾ ਦੋਸਤੋ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ RAM veer ਨੇ ਜ਼ਿਲ੍ਹਾ ਸੰਗਰੂਰ ਦੀ ਹਦੂਦ ਦੇ ਅੰਦਰ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਸਬੰਧੀ ਜੁਰਮਾਨੇ ਭਾਰੀ ਦੇ ਹੁਕਮ ਦੇ ਦਿੱਤੇ ਹਨ ਜੀ ਹੁਕਮਾ ਦੇ ਵਿੱਚ ਕਿਹਾ ਗਿਆ ਕਿ ਹੋਮ ਕੁਆਰੰਟਾਈਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ 200 ਰੁਪਏ ਜਨਤਕ ਥਾਵਾਂ ਤੇ 마ਸਕ ਨਾ ਤੇ ਪਾਉਣ ਤੇ ਥੁੱਕਣ ਤੇ 500 ਰੁਪਏ ਤੇ ਕਮਰਸ਼ੀਅਲ ਥਾਵਾਂ ਤੇ ਮਾਲਕਾਂ ਵੱਲੋਂ ਸਮਾਜਿਕ ਦੂਰੀ ਦੀ ਨਿਯਮਾਂ ਦੀ ਉਲੰਘਣਾ ਕਰਨ ਤੇ 2000 ਰੁਪਏ ਜੁਰਮਾਨਾ ਜਿਹੜਾ ਵਸੂਲਿਆ ਜਾਵੇਗਾ ਆਟੋ ਰਿਕਸ਼ਾ ਦੋ ਪਹੀਆ ਵਾਹਨ ਮਾਲਕ ਨੂੰ 500 ਰੁਪਏ ਕਾਰਾਂ ਤੋਂ 2000 ਰੁਪਏ ਤੇ ਬੱਸਾਂ ਤੋਂ 3000 ਰੁਪਏ ਜਿਹੜਾ ਜੁਰਮਾਨਾ ਲਿਆ ਜਾਵੇਗਾ ਉਸ ਤੋਂ ਬਾਅਦ ਜੀ ਉਹਨਾਂ ਨੇ ਕਿਹਾ ਰੈਸਟੋਰੈਂਟ ਵਿੱਚ ਮਾਲਕਾਂ ਦੇ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਮਾਲਕਾਂ ਨੂੰ 5000 ਰੁਪਏ ਜੁਰਮਾਨਾ ਜਿਹੜਾ ਠੋਕਿਆ ਜਾਵੇਗਾ ਕੰਬਾਈਨ ਮਾਲਕਾਂ ਫੂਕਿਆ ਖੇਤੀਬਾੜੀ ਚੀਫ ਸੈਕਟਰੀ ਦਾ ਪੁਤਲਾ ਕੰਬਾਈਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਦਾਣਾ ਮੰਡੀ ਚਵਾਲ ਵਿਖੇ ਬਲਾਕ ਪ੍ਰਧਾਨ ਬਲਗੇਰ ਸਿੰਘ ਦੇ ਨਿਸ਼ਾਨ ਸਿੰਘ ਬੁਰਜ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੇ ਵਿੱਚ ਵੱਡੀ ਗਿਣਤੀ ਚੋਂ ਕੰਬਾਈਨ ਮਾਲਕ ਨੇ ਹਿੱਸਾ ਲਿਆ ਤੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੁਲਾऱ्यांना ਕਿਹਾ ਕਿ ਪਿਛਲੇ ਦਿਨੀ ਖੇਤੀਬਾੜੀ ਚੀਫ ਸੈਕਟਰੀ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਨਾਦਰशाही ਫੁਰਮਾਨ ਜਿਸ ਕੰਬਾਈਨ ਦੇ ਉੱਪਰ ਐਸ ਐਸ ਐਮ ਐਸ ਨਹੀਂ ਲੱਗਾ ਹੋਵੇਗਾ ਉਸ ਕੰਬਾਈਨ ਮਾਲਕ ਨੂੰ 6 ਸਾਲ ਦੀ ਸਜ਼ਾ ਦੇ ਭਾਰੀ ਜੁਰਮਾਨਾ ਕੀਤਾ ਜਾਵੇਗਾ ਬਹੁਤ ਹੀ ਨਿੰਦਣਯੋਗ ਹੈ ਤੇ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਦੁੱਗਲਵਾਲ ਨੇ ਕਿਹਾ ਕਿ 2017 ਤੋਂ ਸੁਪਰ एसएसएमएस ਦੀ ਤਕਨੀਕ ਤਿਆਰ ਕਰਕੇ ਕੰਬਾਈਨ ਮਾਲਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਡੇਰੀ ਵਿਭਾਗ ਵੱਲੋਂ ਪਿੰਡੂ ਨੌਜਵਾਨਾਂ ਨੂੰ 2 ਤੋਂ ਲੈ ਕੇ 10 ਪਸ਼ਵਾਂ ਤੱਕ ਦਾ ਦਿੱਤਾ ਜਾ ਰਿਹਾ ਕਰਜ਼ਾ ਸੋ ਦੋਸਤੋ ਜੇਕਰ ਤੁਸੀਂ ਵੀ ਕਰਜ਼ਾ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ 'ਚ ਲਿਖੋ yes ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਦੇ ਤਹਿਤ ਮਾਡਲ ਕੈਰੀਅਰ ਸੈਂਟਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਠਿੰਡਾ ਵੱਲੋਂ ਕੋਵਿਡ-19 ਦੇ ਦੌਰਾਨ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦਿਵਾਉਣ ਲਈ ਸੂਬਾ ਤੇ ਕੇਂਦਰ ਸਰਕਾਰ ਦੇ ਵਿਭਾਗਾਂ ਵੱਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਸ ਦੇ ਸਬੰਧ ਵਿੱਚ ਕੁਝ ਦਿਨ ਪਹਿਲਾਂ ਆਨਲਾਈਨ ਵੈਬਿਨਾਰ ਦੁਆਰਾ ਪ੍ਰੀਖਿਆਰਥੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ ਸ਼੍ਰੀ ਨਿਵਾਸਨ ਨੇ ਸਾਂਝੀ ਕੀਤੀ ਸੀ ਇਸ ਦੇ ਸਬੰਧੀ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਨਸੰਖਿਆ ਦੀ ਤੁਲਨਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਘਟ ਹਨ ਅਜਿਹੇ ਸਮੇਂ ਦੇ ਵਿੱਚ ਸਵੈ ਰੁਜ਼ਗਾਰ ਅਪਣਾ ਕੇ ਬੇਰੁਜ਼ਗਾਰੀ ਨੂੰ ਠੱਲ ਪਾਈ ਜਾ ਸਕਦੀ ਉਹਨਾਂ ਨੇ ਕਿਹਾ ਡੇਰੀ ਵਿਭਾਗ ਵੱਲੋਂ ਸਵੈ ਰੁਜ਼ਗਾਰ ਸਕੀਮ ਦੇ ਅਧੀਨ ਬੇਰੁਜ਼ਗਾਰ ਪਿੰਡ ਨੂੰ ਨੌਜਵਾਨਾਂ ਨੂੰ 2 ਤੋਂ 10 ਪਸ਼ੂਆਂ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਜਿਸ ਤੇ ਸਾਲਾਨਾ 4% ਦੀ ਵਿਆਜ ਹੀ ਲਿਆ ਜਾਵੇਗਾ ਤੇ ਇਹ ਲਿਮਟ ਆ ਜਿਹੜੀ ਜੀ ਉਹ 2 ਲੱਖ ਰੁਪਏ ਤੱਕ ਦਾ ਕਿਸਾਨ ਕ੍ਰੈਡਿਟ ਕਾਰਡ ਲਿਮਟ ਡੇਰੂ ਪਸ਼ੂ ਪਾਲਨ ਲਈ ਵੀ ਦਿੱਤੀ ਜਾਵੇਗੀ ਇਸ ਲਈ ਕੋਈ ਵੀ ਕਿਸਾਨ ਖੇਤੀਬਾੜੀ ਲਿਮਟ ਨਾ ਲਵੇ ਬਸ ਅੱਡੇ 'ਚ ਯਾਤਰੀ ਮਾਸਕ ਪਹਿਨਣ ਪ੍ਰਤੀ ਜਾਗਰੂਕ ਨਹੀਂ ਸਾਰਾ ਦਿਨ ਕਰਵਾਈ ਜਾਂਦੀ ਅਨਾਉਂਸਮੈਂਟ ਰੋਡਵੇਜ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਵਾਈਆਂ ਜਾਂਦੀਆਂ ਹਨ ਪਰ ਅਜੇ ਵੀ ਲੋਕ ਪੂਰੀ ਤਰ੍ਹਾਂ ਜਾਗਰੂਕ ਨਹੀਂ ਜਿਸ ਕਾਰਨ ਮਾਸਕ ਪਹਿਨਣ ਸੰਬੰਧੀ ਰਲੀਆਂ ਮਿਲੀਆਂ ਪ੍ਰਤੀਕਿਆਵਾਂ ਦੇਖਣ ਨੂੰ ਮਿਲਦੀਆਂ ਹਨ ਇਸ ਨੂੰ ਲਾਪਰਵਾਹੀ ਕਿਹਾ ਜਾਵੇ ਤਾਂ ਇਹ ਗਲਤ ਨਹੀਂ ਹੋਵੇਗਾ ਇਸ ਦੌਰਾਨ ਕੁਝ ਲੋਕਾਂ ਨੇ 마સ્ક ਪਹਿਨਾ ਹੁੰਦਾ ਤੇ ਕੁਝ ਲੋਕ ਬਿਨਾ 마સ્ક ਤੋਂ ਹੀ ਘੁੰਮ ਰਹੇ ਹੁੰਦੇ ਹਨ ਬਿਨਾ 마સ્ક ਵਾਲੇ ਲੋਕਾਂ ਨੂੰ ਦੇਖ ਕੇ ਹੋਰਾਂ ਦੇ ਉਲਟਾ ਪ੍ਰਭਾਵ ਪੈਂਦਾ ਹੈ ਪੰਜਾਬ ਸਕਾਲਰਸ਼ਿਪ ਸਕੈਮ ਸਾਬਕਾ ਕੇਂਦਰੀ ਮੰਤਰੀ ਸਾੰਪਲਾ ਬੋਲੇ ਘਟਾਲੇ ਦੀ ਹੋਵੇ ਸੀਬੀਆਈ ਜਾਂਚ ਮੰਤਰੀ ਧਰਮਸੋਤ ਨੂੰ ਕਰੋ ਬਰਖਾਸਤ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਪੰਜਾਬ ਦੇ ਵਿੱਚ ਐਸਸੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਟਾਲੇ ਤੋਂ ਗਰਮਾਈ ਸਿਆਸਤ ਚ ਭਾਜਪਾ ਵੀ ਆ ਗਈ ਹੈ ਜੀ ਸਾਬਕਾ ਸੰਸਦ ਮੈਂਬਰ ਸਾਬਕਾ ਕੇਂਦਰੀ ਸੂਬਾ ਮੰਤਰੀ ਵਿਜੇ ਸਾਂਪਲਾ ਨੇ ਮਾਮਲੇ ਦੀ ਸੀਬੀਆਈ ਜਾਂਚ ਕਰਨ ਦੀ ਮੰਗ ਕੀਤੀ ਹੈ ਤੇ ਨਾਲ ਦੇ ਨਾਲ ਮੰਤਰੀ ਧਰਮਸੋਤ ਨੂੰ ਕੈਬਨਟ ਤੋਂ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਗਈ ਹੈ। ਉਹਨਾਂ ਨੇ ਕਿਹਾ ਜੀ ਕੁਟਾਲੇ ਦਾ ਖਲਾਸਾ ਕਰਨ ਤੋਂ ਬਾਅਦ ਸਾਂਪਲਾ ਨੇ ਕਿਹਾ ਕਿ ਪੰਜਾਬ ਦੇ ਸਮਾਜਿਕ ਨਿਆਂ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਸੁਪਰੀਮ ਕੋਰਟ ਨੇ ਮੁਹਰਮ ਜਲੂਸ ਕੱਢਣ ਲਈ ਆਗਿਆ ਦੇਣ ਤੋਂ ਕੀਤਾ ਇਨਕਾਰ ਅੱਜ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਮਹਰਮ ਜਲੂਸ ਕੱਢਣ ਦੀ ਆਗਿਆ ਦੇਣ ਦੇ ਵਾਸਤੇ ਲਗਾਈ ਗਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਕੋਰਟ ਨੇ ਕਿਹਾ ਕਿ ਜੇਕਰ ਉਹ ਅਜਿਹਾ ਆਦੇਸ਼ ਨਹੀਂ ਦੇਣਗੇ ਤਾਂ ਲੋਕਾਂ ਦੀ ਸਿਹਤ ਨੂੰ ਖਤਰੇ ਦੇ ਵਿੱਚ ਪਾ ਦੇਵੇਗਾ ਨਾਲ ਹੀ ਅਦਾਲਤ ਨੇ ਪਟੀਸ਼ਨਰ ਨੂੰ ਆਪਣੀ ਪਟੀਸ਼ਨ ਇਲਾਹਾਬਾਦ ਹਾਈ ਕੋਰਟ ਵਿੱਚ ਲਾਉਣ ਲਈ ਕਿਹਾ ਹੈ ਖਾਲੀ ਹੱਥ ਪਰਤੀ ਪਾਤੜਾ ਸ਼ਹਿਰ ਦੇ ਦੁਕਾਨਦਾਰਾਂ ਦਾ ਕਰੋਨਾ ਟੈਸਟ ਕਰਨ ਗਈ ਸਿਹਤ ਵਿਭਾਗ ਦੀ ਟੀਮ ਪਾਤੜਾ ਸ਼ਹਿਰ ਦੇ ਦੁਕਾਨਦਾਰਾਂ ਨੇ ਵੀ ਕਰੋਨਾ ਟੈਸਟ ਕਾਣ ਤੋਂ ਇਨਕੁਆਰੀ ਕ ਇਨਕਾਰ ਕਰ ਦਿੱਤਾ ਹੈ ਜੀ ਕਈ ਦਿਨਾਂ ਤੋਂ ਦੁਕਾਨਦਾਰਾਂ ਦੇ ਟੈਸਟ ਕਰ ਰਹੀ ਸਿਹਤ ਵਿਭਾਗ ਦੀ ਟੀਮ ਜਦੋਂ ਅੱਜ ਪਾਤੜਾ ਦੀ ਟਿੱਬਾ ਬਸਤੀ ਚ ਦੁਕਾਨਦਾਰਾਂ ਦੇ ਟੈਸਟ ਕਰਨ ਪੁੱਜੀ ਉਸ ਨੂੰ ਦੇਖ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਤਾਂ ਸਿਹਤ ਵਿਭਾਗ ਕੋਲੋਂ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਇਸ ਦੇ ਮਗਰੋਂ ਪਾਤੜਾ ਦੇ ਜਾਖਲ ਰੋਡ ਤੇ ਸਿਹਤ ਵਿਭਾਗ ਦੀ ਟੀਮ ਨੂੰ ਇੱਥੋਂ ਕਿਸੇ ਤਰ੍ਹਾਂ ਦਾ ਵਿਰੋਧ ਸਾਹਮਣਾ ਕਰਨਾ ਪਿਆ ਤੇ ਫਿਰ ਖਾਲੀ ਵਿਭਾਗ ਦੀ ਟੀਮ ਸਰਕਾਰੀ ਹਸਪਤਾਲ ਵਾਪਸ ਚਲੀ ਗਈ ਬਹੁ ਕਰੋੜੀ ਵਜੀਫੇ ਕੋਟਾਲੇ ਚ ਮੰਤਰੀ ਧਰਮਸੋਤ ਨੂੰ ਕੈਬਨਟ ਚ ਕੱਢ ਕੇ ਗ੍ਰਿਫਤਾਰ ਕਰਨ ਦੀ ਆਪ ਨੇ ਚੁੱਕੀ ਮੰਗ ਦਲਿਤ ਵਿਦਿਆਰਥੀਆਂ ਦੇ ਕੇਂਦਰ ਦੀ ਪੋਸਟ ਮੈਟ੍ਰਿਕ ਵਜੀਫਾ ਯੋਜਨਾ ਚ 63.91 ਕਰੋੜ ਜਾਨੀ ਕਿ 64 ਕਰੋੜ ਰੁਪਏ ਦਾ ਇੱਕ ਹੋਰ ਕੋਟਾਲਾ ਉਜਾਗਰ ਹੋਣ ਤੇ ਆਮ ਆਦਮੀ ਪਾਰਟੀ ਪੰਜਾਬ ਨੇ ਕੋਟਾਲੇ ਦੇ ਸਰਗਣਾ ਤੇ ਸਮਾਜਿਕ ਨਿਆਂ ਸ਼ਕਤੀਕਰਨ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਕੈਬਨਿਟ ਦੇ ਵਿੱਚੋਂ ਤੁਰੰਤ ਬਰਖਾਸਤ ਕਰਕੇ ਅਪਰਾਧਿਕ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਆਪ ਨੇ ਇਸ ਨਵੇਂ ਕੱਪੜੇ ਦੇ ਨਾਲ ਨਾਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿੱਚੋਂ ਹੁਣ ਤੱਕ ਗਰਬੜ ਘੁਟਾਲਿਆਂ ਦੀ ਸਬੰਧ ਤੇ ਵਿਆਪਕ ਜਾਂਚ ਮਾਨਯੋਗ ਹਾਈ ਕੋਰਟ ਦੀ ਨਿਗਰਾਨੀ ਹੇਠ ਕਰਵਾਉਣ ਦੀ ਵੀ ਮੰਗ ਕੀਤੀ ਹੈ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਵਿਭਾਗ ਦੇ ਅਡੀਸ਼ਨਲ ਚੀਫ ਸੈਕਟਰੀ ਵੱਲੋਂ ਮੁੱਖ ਸਕੱਤਰ ਪੰਜਾਬ ਨੂੰ ਸੌਂਪੀ ਗਈ ਜਾਂਚ ਰਿਪੋਰਟ ਉਪਰੰਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਪਰ ਜਾਪ ਰਿਹਾ ਕਿ ਰਾਜੇ ਦੀ ਸਰਕਾਰ ਗਲਤ ਪਰਿਵਾਰਾਂ ਦੇ ਹੋਣ ਹਾਰ ਤੇ ਯੋਗ ਵਿਦਿਆਰਥੀਆਂ ਦੇ ਵਜੀਫਾ ਰਾਸ਼ੀ ਨੂੰ ਸ਼ਰੇਆਮ ਹੜੱਪਣ ਵਾਲਾ ਮੰਤਰੀ ਧਰਮਸੋਤ ਤੇ ਉਸ ਦੇ ਪੂਰੇ ਗਰੋਹ ਨੂੰ ਬਚਾਉਣ ਲਈ ਮਾਮਲੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ 1962 ਦੀ ਜੰਗਮਗਰੋ ਪਹਿਲੀ ਵਾਰ ਹਾਲਾਤ ਇੰਨੇ ਗੰਭੀਰ ਵਿਦੇਸ਼ ਮੰਤਰੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਵਿਚਾਲੇ 1962 ਦੀ ਜੰਗ ਤੋਂ ਬਾਅਦ ਸਭ ਤੋਂ ਜ਼ਿਆਦਾ ਗੰਭੀਰ ਹਾਲਾਤ ਬਣੇ ਹੋਏ ਹਨ ਇੱਕ ਇੰਟਰਵਿਊ 'ਚ ਵਿਦੇਸ਼ ਮੰਤਰੀ ਨੇ ਕਿਹਾ ਕਿ ਨਿਸ਼ਚਿਤ ਰੂਪ ਤੋਂ ਹੀ 1962 ਸਰਹੱਦ ਤੇ ਸਭ ਤੋਂ ਜ਼ਿਆਦਾ ਗੰਭੀਰ ਸਥਿਤੀ ਸੀ 45 ਸਾਲਾਂ 'ਚ ਪਹਿਲੀ ਵਾਰ ਚੀਨ ਸਰਹੱਦ ਤੇ ਜਵਾਨਾਂ ਜਵਾਨ ਸ਼ਹੀਦ ਹੋਏ ਹਨ ਤੇ ਐਲਏਸੀ ਤੇ ਦੋਵੇਂ ਪਾਸਿਓ ਇੰਨੀ ਵੱਡੀ ਸੰਖਿਆ ਦੇ ਵਿੱਚ ਫੌਜ ਪਹਿਲਾਂ ਵੀ ਕਦੇ ਤਨ ਆਇਤ ਨਹੀਂ ਹੋਈਆਂ ਭਾਰਤ ਨੂੰ ਨੌਕਰੀਆਂ ਵਧਾਉਣ ਦੇ ਲਈ 8 ਤੋਂ 8.5 ਫੀਸ ਦੀ ਗ੍ਰੋਥ ਦੀ ਜ਼ਰੂਰਤ ਰਿਪੋਰਟ ਦਾ ਦਾਵਾ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਕੋਰੋਨਾ ਕਾਰਨ ਦੇਸ਼ ਦੇ ਵਿੱਚ ਵੱਡੀ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਸਰਕਾਰ ਕੋਸ਼ਿਸ਼ ਕਰ ਰਹੀ ਹੈ ਪਰ ਇਸ ਨਾਲ ਜੀਡੀਪੀ ਵਿਕਾਸ ਦਰ ਨੂੰ ਤੇਜ਼ ਕਰਨਾ ਪਵੇਗਾ ਜੀ ਮਕੈਂਜੀ ਗਲੋਬਲ ਇੰਸਟੀਚਿਊਟ ਦੀ ਰਿਪੋਰਟ ਚੁਕਿਆ ਗਿਆ ਕਿ ਭਾਰਤ ਨੂੰ ਨੌਕਰੀਆਂ ਦੀ ਗਿਣਤੀ ਵਧਾਉਣ ਦੇ ਲਈ ਹਰ ਸਾਲ 8.5% ਦੀ ਦਰ ਨਾਲ ਵਿਕਾਸ ਕਰਨਾ ਪਵੇਗਾ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਜੀ ਜੇ ਭਾਰਤ ਨੇ ਸੁਧਾਰਨਾ ਕੀਤਾ ਤਾਂ ਅਰਥਚਾਰੇ ਕਈ ਦਹਾਕਿਆਂ ਤੱਕ ਕਮਜ਼ੋਰ ਰਹਿਣਗੇ 2022-23 ਤੋਂ ਲੈ ਕੇ 2029-30 ਤੱਕ 8 ਸਾਲਾਂ ਦੇ ਵਿੱਚ 6 ਕਰੋੜ ਨਵੇਂ ਕਾਮੇ ਰੁਜ਼ਗਾਰ ਬਾਜ਼ਾਰ ਦੇ ਲਈ ਦਾਖਲ ਹੋਣਗੇ ਇਸ ਦੇ ਨਾਲ ਹੀ 3 ਕਰੋੜ ਕਾਮੇ ਖੇਤੀਬਾੜੀ ਖੇਤਰ ਨੂੰ ਛੱਡ ਕੇ ਹੋਰ ਸੈਕਟਰਾਂ ਦੇ ਵਿੱਚ ਨੌਕਰੀ ਦੀ ਭਾਲ ਵੀ ਕਰਨਗੇ। ਆਈਸੋਲੇਸ਼ਨ ਵਾਰਡ ਤੋਂ ਮਰੀਜ਼ਾਂ ਦੀ ਹੌਸਲਾ ਅਫਜ਼ਾਈ ਲਈ ਨੱਚੀਆਂ ਤਿੰਨ ਔਰਤਾਂ ਕਰੋਨਾ ਮਹਾਮਾਰੀ ਨਾਲ ਜੱਟਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀ ਪਿੰਡ ਸਹੇੜੀ ਵਿਖੇ ਬਣਾਏ ਗੇ ਕੋਵਿਡ-19 ਸੈਂਟਰ ਤੋਂ ਇੰਨੀ ਦਿਨੀ ਕਾਫੀ ਚਰਚਾ ਇਸ ਵਾਰ ਸੈਂਟਰ ਤੋਂ ਵਾਇਰਲ ਹੋ ਰਹੀ ਵੀਡੀਓ ਜੋ ਕਿ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਤੋਂ ਦੱਸੀ ਜਾ ਰਹੀ ਹੈ ਦਾਖਲ ਮਰੀਜ਼ ਦੇ ਬੈੱਡ ਕੋਲੇ ਤਿੰਨ ਔਰਤਾਂ ਨੇ ਇੱਕ ਪੰਜਾਬੀ ਗੀਤ ਤੇ ਨੱਚਦੀਆਂ ਟੱਪਦੀਆਂ ਵਿਖਾਈ ਦਿੱਤੀਆਂ ਸੀਐਮ ਨੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਪੀਜੀਆਈ ਸੈਟੇਲਾਈਟ ਸੈਂਟਰ ਦੀ ਉਸਾਰੀ ਸ਼ੁਰੂ ਕਰਨ ਲਈ ਲਿਖਿਆ ਪੱਤਰ ਵਧਾਇਕ ਫਿਰੋਜ਼ਪੁਰ ਤੋਂ ਜੀ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਫਿਰੋਜ਼ਪੁਰ ਦੇ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ ਦੇ ਨਿਰਮਾਣ ਕਾਰਜ ਨੂੰ ਜਲਦੀ ਤੋਂ ਜਲਦੀ ਚਲਾਉਣ ਦੇ ਲਈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਹਰਸ਼ਵਰਧਨ ਨੂੰ ਪੱਤਰ ਲਿਖਿਆ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ ਸ਼ੁਰੂ ਕਰਨ ਦੇ ਮੁੱਦੇ ਤੇ ਲਗਾਤਾਰ ਕੰਮ ਕਰ ਰਹੇ ਹਨ ਇਸ ਦੌਰਾਨ ਉਹਨਾਂ ਨੇ ਕਿਹਾ ਜੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਣਾ ਲਾਜ਼ਮੀ ਹੈ ਕਿਉਂਕਿ ਫਿਰੋਜ਼ਪੁਰ ਪ੍ਰਸ਼ਾਸਨ ਪਹਿਲਾਂ ਹੀ ਪਿੰਡ ਮੱਲਵਾਲਾ ਕਦੀਮ ਦੇ ਵਿਖੇ 27-1 ਜ਼ਮੀਨ ਵੀ ਪਜੀ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ 100 ਬਿਸਤਰਿਆਂ ਵਾਲੇ ਸੈਂਟਰ ਦੀ ਉਸਾਰੀ ਦੇ ਲਈ 490 ਕਰੋੜ ਰੁਪਏ ਵੀ ਮਨਜ਼ੂਰ ਕੀਤੇ ਗਏ ਹਨ ਜੇਕਰ ਕੈਪਟਨ ਆਪਣੇ ਫਾਰਮ ਹਾਊਸ ਤੋਂ ਨਾ ਨਿਕਲੇ ਤਾਂ ਕਰੋਨਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਸੁਖਬੀਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੋਰੋਨਾ ਕਾਰਨ ਸੂਬੇ ਦੇ ਹਾਲਾਤ ਮਾੜੇ ਹਨ ਮੁੱਖ ਮੰਤਰੀ ਆਪਣੇ ਫਾਰਮ ਹਾਊਸ ਤੋਂ ਨਹੀਂ ਨਿਕਲ ਰਹੇ ਉਹਨਾਂ ਨੇ ਕਿਹਾ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਗੰਭੀਰ ਹਾਲਾਤਾਂ 'ਚ ਵੀ ਮੁੱਖ ਮੰਤਰੀ ਵਿਧਾਨ ਸਭਾ ਦਾ اجلاس ਬੁਲਾ ਲਿਆ ਜਦਕਿ ਸੈਸ਼ਨ ਡੇਢ ਮਹੀਨੇ ਬਾਅਦ ਬੁਲਾਉਣਾ ਚਾਹੀਦਾ ਸੀ ਸੂਬਿਆਂ ਦੇ 1.65 ਲੱਖ ਕਰੋੜ ਜੀਐਸਟੀ ਬਕਾਇਆ ਨੂੰ ਕੇਂਦਰ ਸਰਕਾਰ ਨੇ ਕੀਤਾ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਤੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਦੀ ਕਰੋਨਾ ਰਿਪੋਰਟ ਆਈ ਪੋਜ਼ਿਟਿਵ ਸੋ ਵਿਧਾਨ ਸਭਾ ਹਲਕਾ ਤੂਰੀ ਦੇ ਵਿਧਾਇਕ ਦਲਬੀਰ ਗੋਲਡੀ ਕਰੋਨਾ ਪੋਜ਼ਿਟਿਵ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਸੈਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਵਿਧਾਨ ਸਭਾ ਸੈਸ਼ਨ ਹੋਣ ਤੋਂ ਪਹਿਲਾਂ ਸਰਕਾਰ ਦੀਆਂ ਹਦਾਇਤਾਂ ਤੇ ਵਿਧਾਇਕਾਂ ਸਮੇਤ ਕੈਬਨਿਟ ਮੰਤਰੀਆਂ ਦੀ ਕਰੋਨਾ ਟੈਸਟ ਕਰਵਾਉਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਸੋ ਦੋਸਤੋ ਸੂਬੇ ਪੰਜਾਬ ਦੀਆਂ ਖਬਰਾਂ ਸਨ ਤੇ ਤੁਹਾਡਾ ਵੇਖਣ ਲਈ ਤੁਹਾਡਾ ਧੰਨਵਾਦ